ਬਹੁਤ ਸੋਹਣੀ ਨੀਲੀ ਰਾਵੀ ਦੀ ਪੂਰੀ ਮੱਝ ਦਿਖਾਉਂਦੇ ਆ, ਪੂਰੀ ਟੌਪ ਕੁਆਲਿਟੀ ਦੀ ਹੈਗੀ, ਦੇਖ ਸਕਦੇ ਹੋ ਤੁਸੀਂ ਸਿੰਘਾਂ ਦੀ ਕੁੰਡੀ ਆ ਜਮਾਂ, ਅਤੇ ਬਾਡੀ ਬਾਂਤਰ ਬਹੁਤ ਚੰਗੀ ਹੈਗੀ, ਅਤੇ ਨਾੜਾਂ ਦੇਖ ਸਕਦੇ, ਥਣਾਂ ਦਾ ਸਾਈਜ਼, ਥਣਾਂ 'ਚ ਬਿੱਥੀ ਬੈਠਪੁੜਾ ਸਾਰੇ ਪੱਖਾਂ ਤੋਂ ਐਨ ਜਮਾਂ ਸਿਰ ਆ ਗਈ, ਬਿਊਟੀ ਵਾਲੀ ਵੀ ਆ, ਬਾਡੀ ਬਾਂਤਰ ਵੀ ਚੰਗੀ ਆ ਪੂਰੀ, ਤੁਸੀਂ ਦੇਖ ਸਕਦੇ ਹੋ। ਅਤੇ ਦੁੱਧ ਕਿੰਨਾ ਖਾਊਗਾ ਜੀ? ਹੁਣ 17 ਲੀਟਰ ਆ ਜੀ ਇਸ ਵਕਤ, 17 ਲੀਟਰ ਤਿਆਰ ਆ ਜੀ। ਠੀਕ ਆ, ਕੋਈ ਤੋਲ ਕੇ ਲਿਆ ਸਕਦਾ ਤਸੱਲੀ ਕਰਕੇ? ਕੰਡੇ ਦੇ ਧਰ ਕੇ ਲਿਆ। ਠੀਕ ਆ, ਅਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ? ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਆਪਾਂ ਪਹੁੰਚੇ ਪਸ਼ੂ ਮੰਡੀ ਮੌੜ, ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ, ਅਤੇ ਹਰੇਕ ਮਹੀਨੇ ਦੀ 20 ਤਰੀਕ ਨੂੰ ਮੰਡੀ ਲੱਗਦੀ ਹੈ ਇਹ, ਅਤੇ ਅੱਜ 20/9/2024 ਅਤੇ ਮੰਡੀ ਇਹ ਮੱਝਾਂ ਦੇ ਲਈ ਮਸ਼ਹੂਰ ਆ, ਗਾਂ ਕੋਈ ਟਾਵੀ ਆ ਜਾਂਦੀ ਆ, ਅਤੇ ਸਾਰੀਆਂ ਤਕਰੀਬਨ ਮੱਝਾਂ ਹੀ ਹੁੰਦੀਆਂ ਇਸ ਮੰਡੀ ਦੇ ਉੱਤੇ, ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗੀਆਂ। ਅਤੇ ਮੰਡੀ ਅੱਜ ਬਹੁਤ ਭਰੀ ਹੋਈ ਹੈਗੀ, ਅਤੇ ਗਾਹਕ ਵੀ ਚੰਗਾ ਫਿਰਦਾ ਵਾ। ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆਏ ਆ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ, ਅਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਚੰਗੇ ਚੰਗੇ ਜਾਨਵਰ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ, ਤੁਸੀਂ ਦੇਖ ਸਕਦੇ ਹੋ, ਸਿਰੇ ਤੋਂ ਸਿਰੇ ਦੀਆਂ ਸ਼ੌਕੀਨ ਦੁੱਧ ਵਾਲੀਆਂ ਚੰਗੇ ਕੱਦ ਕਾਠ ਵਾਲੀਆਂ ਝੋਟੀਆਂ ਤੁਹਾਨੂੰ ਇਸ ਮੰਡੀ ਤੋਂ ਮਿਲ ਜਾਣਗੀਆਂ। ਜਿਹੋ ਜਿਹੀ ਵੀ ਤੁਸੀਂ ਮੱਝ ਝੋਟੀ ਖਰੀਦਣੀ ਚਾਹੋ ਤੁਹਾਨੂੰ ਉਹੋ ਜਿਹੀ ਮਿਲ ਜੂਗੀ, ਬੂਰੀਆਂ ਮੱਝਾਂ ਵੀ ਮਿਲ ਜਾਣਗੀਆਂ, ਸਭ ਤਰ੍ਹਾਂ ਦਾ ਤੁਹਾਨੂੰ ਮਾਲ ਇੱਥੋਂ ਮਿਲ ਜੂਗਾ, ਤੁਸੀਂ ਖਾਲੀ ਨਹੀਂ ਜਾਓਗੇ, ਚੰਗੀ ਤੋਂ ਚੰਗੀ ਕੁਆਲਿਟੀ, ਅਤੇ ਕੋਈ ਨੋਰਮਲ ਰੇਂਜ ਲੈਣੀ ਆ ਤਾਂ ਨੋਰਮਲ ਰੇਂਜ ਦੀ ਵੀ ਮਿਲ ਜੂਗੀ, ਹਰੇਕ ਤਰ੍ਹਾਂ ਦਾ ਤੁਹਾਨੂੰ ਮਾਲ ਮਿਲ ਜੂਗਾ। ਅਤੇ ਇੱਥੇ ਆ ਕੇ ਤੁਸੀਂ ਆਪਦੀ ਦੇਖ ਪਰਖ ਕਰਕੇ ਅਤੇ ਤੁਸੀਂ ਖਰੀਦ ਸਕਦੇ ਹੋ, ਅਤੇ ਅੱਜ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ, ਅਤੇ ਦਿਖਾਉਂਦੇ ਹਾਂ ਤੁਹਾਨੂੰ ਚੰਗੇ ਚੰਗੇ ਜਾਨਵਰ। ਨੀਲੀ ਰਾਵੀ ਦਾ ਝੋਟਾ ਦਿਖਾਉਂਦੇ ਹਾਂ, ਬਹੁਤ ਸੋਹਣਾ ਝੋਟਾ, ਕੱਦ ਕਾਠ ਵੀ ਚੰਗੇ ਦੇ ਵਿੱਚ ਆ, ਟੈਸਟੀਕਲ ਵੀ ਬਹੁਤ ਵਧੀਆ ਹੈਗੀ, ਅਤੇ ਬਾਕੀ ਜਿਹੜੀ ਮਾਰਕਿੰਗ ਆ ਉਹ ਵੀ ਬਹੁਤ ਵਧੀਆ ਪ੍ਰੋਪਰ ਆ, ਅਤੇ ਸਿੰਘਾਂ ਦਾ ਵੀ ਕੁੰਡਾ ਹੈਗਾ, ਸਵਿਆ ਪਲਾ ਵੀ ਪੂਰਾ ਚੰਗਾ ਹੈਗਾ, ਦੇਖ ਸਕਦੇ ਹੋ ਤੁਸੀਂ, ਬਾਕੀ ਤੁਸੀਂ ਟੈਸਟੀਕਲ ਦੇਖ ਸਕਦੇ ਹੋ, ਟੈਸਟੀਕਲ ਵੀ ਬਹੁਤ ਵਧੀਆ ਹੈਗੇ, ਕਿਸੇ ਵਕਤ ਤੋਂ ਕੋਈ ਕਮੀ ਨਹੀਂ ਝੋਟੇ ਦੇ ਵਿੱਚ ਨਹੀਂ ਹੈਗੀ, ਅਤੇ ਜਿਹਨੇ ਕਰੋਸਿੰਗ ਕਰਾਉਣ ਵਾਸਤੇ ਲੈਣਾ ਜਾਂ ਉਹ ਰੱਖਣ ਵਾਸਤੇ ਲੈਣਾ ਕਿਸੇ ਵੀ ਤਰ੍ਹਾਂ, ਤਾਂ ਬਹੁਤ ਵਧੀਆ ਝੋਟਾ ਹੈਗਾ, ਅਤੇ ਸਵਿਆ ਵਾ ਵੀ ਪੂਰਾ ਹੈਗਾ, ਬਾਕੀ ਤੁਸੀਂ ਸਿੰਘ ਦੇਖ ਸਕਦੇ ਹੋ, ਅੱਖਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ, ਅਤੇ ਡਿਟੇਲ ਆਪਾਂ ਬਾਈ ਤੋਂ ਪੁੱਛ ਲਈਏ ਸਾਰੀ ਕੀ ਡਿਟੇਲ ਹੈਗੀ ਇਹਦੀ। ਨੀਲੀ ਰਾਵੀ ਦੀਆਂ ਉਹ ਜੋ ਨਿਸ਼ਾਨੀਆਂ ਹੁੰਦੀਆਂ ਉਹ ਸਾਰੀਆਂ ਹੀ ਤਕਰੀਬਨ ਇਹ ਪੂਰੀਆਂ ਕਰਦਾ ਹੈਗਾ, ਅਤੇ ਆ ਜਾਓ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਹਾਂ ਸਾਰੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਆਪਣਾ ਨਾਂ ਦੱਸਿਓ ਬਾਈ। ਨਾਂ ਬਾਈ ਮਨਪ੍ਰੀਤ ਸਿੰਘ ਆ ਮੇਰਾ। ਠੀਕ ਆ, ਪਿੰਡ ਕਿਹੜਾ? ਪਿੰਡ ਮੈਸਰਖਾਨਾ। ਜ਼ਿਲ੍ਹਾ? ਜ਼ਿਲ੍ਹਾ ਬਠਿੰਡਾ ਬਾਈ। ਠੀਕ ਆ, ਅਤੇ ਬਾਈ ਜਿਹੜਾ ਇਹ ਆਪਾਂ ਬੁੱਲ ਵੇਚਣ ਵਾਸਤੇ ਲੈ ਕੇ ਜਾਂਦਾ, ਅਤੇ ਇਹਦੀ ਕੀ ਡਿਟੇਲ ਆ, ਕਿੰਨੀ ਉਮਰ ਹੈਗੀ? ਇਹਦੀ ਉਮਰ ਬਾਈ 3 ਸਾਲ ਤੋਂ ਮਹੀਨਾ ਘੱਟ ਆ ਇਹ ਬਾਈ। ਦੋ ਦੰਦ ਹੋ ਗਿਆ? ਹੈ, ਦੋ ਦੰਦ ਹੋ ਗਿਆ ਨਹੀਂ, 4 ਹੋ ਗਿਆ ਬਾਈ। 4 ਹੋ ਗਿਆ, ਹਾਂ। ਠੀਕ ਆ, ਤੇ ਆਪਣੇ ਕਿਵੇਂ ਘਰ ਦਾ ਹੀ ਆ ਕਿ ਖਰੀਦਿਆ? ਘਰ ਦਾ ਵੀ ਕਰਦਾ। ਕਰਦਾ ਹੀ ਆ, ਹਾਂ। ਠੀਕ ਆ, ਤੇ ਕੀ ਮਾਂ ਵੀ ਕਰਦੀ ਸੀਗੀ? ਮਾਂ ਵੀ ਕਰਦੀ ਸੀ। ਕਿੰਨਾ ਕਦੋਂ ਤੁਸੀਂ ਮਾਂ ਥੱਲੇ? ਮਾਂ ਹਲੇ ਬਈ 22 ਲੀਟਰ 500 ਗ੍ਰਾਮ ਦੁੱਧ ਜੋ। ਮਾਂ ਦਾ ਰਿਕਾਰਡ ਸੀਗਾ ਇਹਨਾਂ? ਹਾਂ ਬਈ ਰਿਕਾਰਡ। ਠੀਕ ਆ, ਤੇ ਹੁਣ ਹੈਗੀ ਇੱਕ ਵੇਚਦੀ? ਨਹੀਂ ਬਈ, ਉਹ ਵੇਚਦੀ ਇੱਥੋਂ ਆਪਣੇ ਪਿੰਡੋਂ ਹੀ ਲੈ ਕੇ ਗਏ ਸੀਗੇ, ਮਾਣੇ ਵੀ ਕੁੜੀ ਕੋਲ ਹੀ ਤੋਰੀ ਆ ਮੱਝ। ਠੀਕ ਆ, ਰਿਸ਼ਤੇਰੀ ਦੇ ਵਿੱਚ। ਠੀਕ ਆ, ਜਾਣੀ ਆਪਣੀ ਰਿਸ਼ਤੇਦਾਰੀ 'ਚ ਆਇਆ ਤਾਂ। ਠੀਕ ਆ, ਤੇ ਇਹ ਬੁੱਲ ਆ ਜਿਹੜਾ ਤਾਂ ਕੋਈ ਸੀਮਨ ਦਾ ਪਤਾ? ਇਹ ਬਈ ਅਲਬਖਸ਼ ਦੇ ਗਾਹਾਂ ਮਾਣੇ ਜੀ ਪੋਤਾ ਹੈਗਾ। ਅਲਬਖਸ਼ ਦਾ ਪੋਤਾ ਹੈਗਾ। ਠੀਕ ਆ, ਮਤਲਬ ਮਾਂ ਦਾ ਰਿਕਾਰਡ ਵੀ ਚੰਗਾ ਹੋ ਗਿਆ ਨਾ? ਚੰਗਾ ਬਈ, ਘਰੋਂ ਮੱਝ ਸੀਗੀ, ਪਿਓ ਵਾਲੇ ਪੱਖ ਤੋਂ ਵੀ ਚੰਗਾ ਹੋ ਗਿਆ। ਠੀਕ ਆ, ਤੇ ਹੁਣ ਇਹ ਬਈ ਸੇਲ ਲਈ ਆ ਫਿਰ?
ਇਹ ਬਾਈ ਸੇਲ ਲਈ ਆ। ਹਾਂ ਠੀਕ ਆ, ਅਤੇ ਮੁੱਲ ਆਪਾਂ ਕਿੰਨਾ ਕਰਦੇ ਇਹਦਾ? ਮੁੱਲ ਬਾਈ ਇਹਦਾ 2.25। 2.25 ਲੱਖ ਆ? ਅਤੇ ਕਿੰਨੇ ਦੀ ਹਾਂ ਨਾ ਵੀ ਇੰਨੇ ਕੁ ਤਾਂ ਵੇਚਣਾ ਨਹੀਂ, ਘਰੇ ਲੈ ਜਾਵਾਂਗੇ? ਹਾਂ ਬਾਈ, ਆਪਾਂ ਨੂੰ ਕੋਈ ਉਹ ਹੀ ਨਹੀਂ ਹੈਗਾ ਜਮਾਂ ਵੀ ਕਿੰਨੇ ਕੁ ਤਾਂ ਵੀ ਹੋਰ ਕਿੰਨੇ ਘਰ ਇਹੀ ਆ ਬਾਈ 2.25 ਹੀ ਆ, ਦੋ ਆਪਾਂ ਘਰੇ ਲੈ ਜਾਵਾਂਗੇ ਬਾਈ, ਕੋਈ ਦਿੱਕਤ ਨਹੀਂ। ਇੰਨਾ ਹੀ ਹੈਗਾ ਜਿਹੜੀ ਇੰਨੇ ਦਾ ਹੀ ਵੇਚਣਾ ਹੈਗਾ? ਠੀਕ ਆ, ਅਤੇ ਨੰਬਰ ਦੱਸ ਦੇ ਫਿਰ ਆਪਣਾ। ਨੰਬਰ ਬਾਈ ਹੈਗਾ ਮੇਰਾ 78 93 94 94 014 94 014। ਠੀਕ ਆ ਬਾਈ, ਲਓ ਵੀ ਦੋਸਤੋ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ, ਅਤੇ ਝੋਟਾ ਚੰਗਾ ਗਾ, ਰਿਕਾਰਡ ਵੀ ਚੰਗਾ ਦੱਸਿਆ, ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਜਿਹਨੂੰ ਵੀ ਪਸੰਦ ਆਉਂਦਾ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ। ਨਾਲ ਦੀ ਨਾਲ ਆਪਾਂ ਮੰਡੀ ਦਾ ਮਾਹੌਲ ਵੀ ਦਿਖਾਈ ਜਾਂਦੇ ਹਾਂਗੇ ਵੀ ਕਿਸ ਤਰ੍ਹਾਂ ਦੀ ਮੰਡੀ ਭਰੀ ਹੈਗੀ, ਕੀ ਮਾਹੌਲ ਆ ਮੰਡੀ ਦਾ, ਅਤੇ ਸ਼ੈੱਡਾਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ। ਬਹੁਤ ਚੰਗੀਆਂ ਚੰਗੀਆਂ ਝੋਟੀਆਂ ਮੱਝਾਂ ਪਹੁੰਚਦੀਆਂ ਸਨ ਮੰਡੀ ਦੇ ਉੱਤੇ, ਦੇਖ ਸਕਦੇ ਪੂਰੀਆਂ ਸ਼ੌਕੀਨ ਲਾਈਨਾਂ ਦੇ ਵਿੱਚ, ਐਨ ਸ਼ੈੱਡ ਜਮ੍ਹਾਂ ਫੁੱਲ ਲਾ ਗਏ। ਅਤੇ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਨੀਲੀ ਰਾਹ ਵੀ ਖੜ੍ਹੀ ਆ, ਹੋਰ ਵੀ ਬਹੁਤ ਚੰਗੇ ਪਸ਼ੂ ਖੜ੍ਹੇ ਆ, ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਆਪਾਂ ਇੱਕ ਨੀਲੀ ਰਾਵੀ ਦੀ ਝੋਟੀ ਦਿਖਾਉਂਦੇ ਹੈਗੇ, ਦੇਖ ਸਕਦੇ ਹੋ ਕੱਦ ਘੱਟ ਦਰਮਿਆਨੇ ਦੇ ਵਿੱਚ ਹੈਗੀ, ਪਿੱਠ ਬੁੜਾ ਚੰਗਾ ਤੁਸੀਂ ਦੇਖ ਸਕਦੇ ਹੋ, ਅਤੇ ਬਾਕੀ ਥਾਣ ਥੁਣ ਬਹੁਤ ਵਧੀਆ ਹੈਗੇ। ਰਾਜਸਥਾਨ ਦੀ ਆ ਫੇਸ ਕੁਆਲਿਟੀ, ਸਿੰਘ ਸੁੰਘ ਦੇਖ ਸਕਦੇ ਹੋ। ਕੀ ਰੇਟ ਕੀ ਇਹਦਾ? ਮੁੱਲ ਕਰਦੇ ਹਾਂ 1,00,000 ਰੁਪਇਆ। ਕਿੰਨੇ ਦੇਣੀ ਆ? 90,000। 90 ਦੀ, ਚੱਲ ਬਾਕੀ ਡਿਟੇਲ ਗਾਹ ਪੁੱਛਦੇ ਹਾਂ। 1,00,000 ਰੁਪਇਆ ਮੁੱਲ ਆ ਬਈ ਇਹਦਾ, ਅਤੇ 90 ਦੀ ਦੇਣੀ ਆ ਬਾਈ ਕਹਿੰਦਾ, ਬਾਕੀ ਮੌਕੇ 'ਤੇ ਹੋ ਜਾਂਦਾ ਹੁੰਦਾ ਹੈਗਾ, ਹੋਰ 100 ਪੜਦੇ ਹੁੰਦੇ ਆ ਗਾਹਾਂ, ਬਾਈ ਕਹਿੰਦਾ ਗਾਹ ਖੜ੍ਹੇ ਹੈਗੇ ਹੁੰਦਾ ਹੀ ਆ। ਬਾਕੀ ਤੁਸੀਂ ਅਗਾੜੀ ਦੇਖ ਸਕਦੇ ਹੋ, ਅਤੇ ਬੈਕ ਸਾਈਡ ਤੋਂ ਥਾਣਾ ਦੇਖ ਸਕਦੇ ਹੋ, ਥਾਣਾ 'ਚ ਵਿੱਥੀ ਵੁੱਥੀ ਚੰਗੀ ਹੈਗੀ, ਅਤੇ ਪਿੱਠ ਪੂੜਾ ਵੀ ਵਧੀਆ ਹੈਗਾ ਪੂਰਾ, ਅਤੇ ਬਾਕੀ ਡਿਟੇਲ ਆਪਾਂ ਇਹਦੀ ਪੁੱਛ ਲੈਂਦੇ ਹੈਗੇ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜਿਹੜੀ ਆਪਾਂ ਇਹ ਨੀਲੀ ਰਾਵੀ ਝੋਟੀ ਤੋਰ ਕੇ ਦਿਖਾਈ ਆ, ਹਾਂਜੀ, ਕੀ ਡਿਟੇਲ ਆ, ਕਿਹੜਾ ਸੂਆ ਇਹ? ਦੂਜਾ ਹੀ ਸੂਆ ਬਾਈ ਜੀ। ਸੂਈ ਵੀ ਆ? ਸੂਈ ਸਵਾਈ। ਕਿੰਨੇ ਦਿਨ ਹੋ ਗਏ? ਸੂਈ ਹੋ ਗਈ ਹੈ 5 ਦਿਨਾਂ ਦੀ। 5 ਦਿਨਾਂ ਦੀ? ਬੱਚਾ ਮਗਰ ਕੱਟਾ? ਕੱਟਾ ਹੈਗਾ, ਠੀਕ ਆ। ਅਤੇ ਦੁੱਧ ਕਿੰਨਾ ਹੋਊ ਹੁਣ? ਬੋਲੀ 'ਚ ਹੀ ਹੈ ਪਰ, ਹੈ ਨਾ? ਦੁੱਧ 12 ਲੀਟਰ ਬੋਲੀ ਤਿਆਰ ਹੈ, ਦੁੱਧ 15 ਲੀਟਰ ਦੇਊਗੀ ਝੋਟੀ। 15 ਲੀਟਰ ਦੇਊਗੀ? ਹਾਂਜੀ। ਐਨ ਜਮਾਂ ਤਸੱਲੀ ਆਪਣੀ? ਤਸੱਲੀ ਵਾਲੀ ਬੀਜੀ ਜੀ। ਠੀਕ ਆ, ਅਤੇ ਮੁੱਲ ਤਾਂ ਦੱਸ ਹੀ ਦਿੱਤਾ ਹੈ ਨਾ? ਹਾਂਜੀ। ਕੰਮ ਵਪਾਰ ਦਾ? ਹਾਂਜੀ। ਏਰੀਆ ਕਿਹੜਾ? ਰਾਜਸਥਾਨ। ਖਾਸ ਹੀ ਰਾਜਸਥਾਨ? ਔਰ ਤੁਸੀਂ ਆਉਂਦੇ ਹੋ ਹਰੇਕ ਮੰਡੀ ਦੀ, ਹੈ ਨਾ? ਜ਼ਿਲ੍ਹਾ ਹਨੂੰਮਾਨਗੜ੍ਹ। ਸਾਰੀਆਂ ਮੰਡੀਆਂ ਤੁਸੀਂ ਲਾਉਂਦੇ ਹੋ ਪੰਜਾਬ ਦੀਆਂ, ਹੈ ਨਾ? ਹਰ ਮੰਡੀ ਜਾਂਦੇ। ਅਤੇ ਕਿੰਨੇ ਕੁ ਪਸ਼ੂ ਲੈ ਕੇ ਆਉਂਦੇ ਹੁੰਦੇ ਹੋ? ਬਾਈ 8 ਮੱਝਾਂ ਲੈ ਕੇ ਆਏ। 8 ਲੈ ਕੇ ਆਏ ਹੋ, ਠੀਕ ਆ। ਅਤੇ ਹੋਰ ਕਿਹੜੀਆਂ ਗੀਆਂ? ਸਾਰੀਆਂ ਹੀ ਆਪਣੀਆਂ। ਆਹ ਇੱਧਰੋਂ ਵੀ ਹੈ? ਹਾਂਜੀ। ਠੀਕ ਆ, ਅਤੇ ਬਾਕੀ ਇੱਧਰ ਜੰਗਾਂ ਖੜੀਆਂ, ਹੈ ਨਾ? ਠੀਕ ਆ। ਇੱਕ ਤੁਹਾਨੂੰ ਆਹ ਮੱਝ ਤੋਰ ਕੇ ਦਿਖਾਉਂਦੇ ਹਾਂ, ਬਾਕੀ ਡਿਟੇਲ ਆਪਾਂ ਊਂ ਲੈ ਦਾਂਗੇ, ਕਿਉਂਕਿ ਪਸ਼ੂ ਵਾਹਵਾਂਗੇ ਬਾਈਆਂ ਕੋਲੇ, ਸਾਰੇ ਦਾ ਫਿਰ ਤੋਰ ਕੇ ਦਿਖਾਏ ਨਹੀਂ ਜਾ ਸਕਦੇ। ਅਤੇ ਮੱਝ ਤੁਸੀਂ ਦੇਖ ਸਕਦੇ ਹੋ ਕੱਦ ਕਾਟ ਤਾਂ ਛੋਟੇ ਦੇ ਵਿੱਚ ਆ, ਅਤੇ ਬਾਕੀ ਆਰਡਰ ਬਹੁਤ ਵਧੀਆ ਬਣਿਆ ਵਾ, ਦੁੱਧ ਬਹੁਤ ਆ। ਅਤੇ ਲੇਵਾ ਦੇਖ ਸਕਦੇ ਹੋ ਥਣਾਂ 'ਚ ਵਿੱਥੀ, ਅਤੇ ਨਾੜਾਂ ਨੂੜਾਂ, ਅਤੇ ਥਣਾਂ ਦਾ ਸਾਈਜ਼ ਬਹੁਤ ਵਧੀਆ ਹੈਗਾ, ਅਤੇ ਬਾਕੀ ਪਿੱਠ ਪੁੜੇ ਦੀ ਚੰਗੀ ਆ, ਸੰਭੀ ਵੀ ਚੰਗੀ ਆ, ਬਸ ਕੱਦ ਦੀ ਕੋਈ ਕਮੀ ਆ, ਸਿੰਘ ਥੋੜ੍ਹੇ ਜਿਹਾ ਖੁੱਲ੍ਹੇ ਹੋ ਕੇ ਮੁੜੇ ਵੇ ਆ, ਅਤੇ ਪਰ ਹੈ ਖੁੱਲ੍ਹੇ ਆ। 15 ਲੀਟਰ ਬਾਈ ਕਹਿੰਦਾ ਤਿਆਰ ਆ, ਅਤੇ ਬਾਕੀ ਆਪਾਂ ਪੁੱਛ ਲੈਂਦੇ ਹਾਂ ਡਿਟੇਲ ਬਾਕੀ ਇਹਦੀ ਸਾਰੀ, ਹੋਰ ਕੀ ਡਿਟੇਲ ਹੈ ਇਹਦੀ? ਆਰਡਰ ਸੋਹਣਾ ਹੈਗਾ, ਵਿੱਥੀ ਬਹੁਤ ਆ ਥਣਾਂ ਦੇ ਵਿੱਚ, ਦੇਖ ਸਕਦੇ ਹੋ ਤੁਸੀਂ। ਬੈਕ ਨੂੰ ਵੀ ਆਰਡਰ ਵਧੀਆ ਦਿਖਾਉਂਦੀ ਹੈਗੀ, ਅਤੇ ਬਾਕੀ ਬੱਚੇ ਆ ਜਿਹੜੇ ਉਹ ਇਹਦੇ ਮੂਹਰੇ
ਤੁਸੀਂ ਦੇਖ ਸਕਦੇ ਹੋ ਅਤੇ ਇਹਦੀ ਵੀ ਆਪਾਂ ਡਿਟੇਲ ਪੁੱਛ ਲੈਂਦੇ ਹਾਂ ਬਾਈ ਜਿਹੜੀ ਇਹ ਆਪਾਂ ਬਾਈ ਤੋਰ ਕੇ ਦਿਖਾਈ ਆ ਹਾਂ ਮੱਝ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਸੂਈ ਵੀ ਆ ਬਾਈ ਜੀ ਤੀਜਾ ਸੂਆ ਸੂਈ ਹੈ ਤੀਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਮਗਰ ਕੱਟਾ ਸੂਆ ਕਿਹੜਾ ਤੀਜਾ ਸੂਆ ਤੀਜਾ ਤੇ ਮੁੱਲ ਮੁੱਲ ਬਾਈ ਜੀ 95,000 ਦੀ ਦੇਣੀ ਆ 95 ਦੀ ਦੇਣੀ ਆ ਬਸ ਠੀਕ ਆ ਮਾੜਾ ਮੋਟਾ ਮਾਨ ਤਾਨ ਜੇ ਹੋਊਗਾ ਠੀਕ ਆ ਤੇ ਇੱਕ ਵਾਰੀ ਐਡਰੈਸ ਬੋਲ ਦੇ ਤੇ ਨੰਬਰ ਬੋਲ ਦੇ ਜ਼ਿਲ੍ਹਾ ਹਨੂਮਾਨਗੜ੍ਹ ਠੀਕ ਆ ਠੀਕ ਆ ਨੰਬਰ ਹੈ 6387 ਸਾਰਾ ਕੁਛ ਮਿਲੂਗਾ ਰਹਿਣ ਦਾ ਪ੍ਰਬੰਧ ਸਾਰਾ ਬਿਲਕੁਲ ਪਸ਼ੂ ਚੰਗੇ ਤੋਂ ਚੰਗੇ ਮਿਲ ਜਾਣਗੇ ਠੀਕ ਆ ਜਿਹੋ ਜਿਹਾ ਪਸ਼ੂ ਚਾਹੀਦਾ ਉਹ ਜਿਹਾ ਮਿਲ ਜੂ ਜਾਣੀ ਕਿ ਖਾਲੀ ਨਹੀਂ ਮਿਲੂਗਾ ਹਨਾ ਠੀਕ ਆ ਬਾਈ ਧੰਨਵਾਦ ਲਓ ਵੀ ਦੋਸਤੋ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੋ ਝੋਟੀਆਂ ਦੋ ਪਸ਼ੂ ਤੁਹਾਨੂੰ ਦਿਖਾਤੇ ਆਪਾਂ ਅਤੇ ਬਾਕੀ ਪਸ਼ੂ ਹੋਰ ਵੀ ਆ ਚਲੋ ਇੰਨੇ ਤੋਰ ਕੇ ਦਿਖਾਉਣੇ ਔਖੇ ਹੈਗੇ ਅਤੇ ਜਿਹਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਹਰੇਕ ਮੰਡੀ 'ਤੇ ਵੀ ਅਸੀਂ ਪਹੁੰਚਦੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਅਤੇ ਬਾਕੀ ਉੱਧਰਲੇ ਏਰੀਏ ਦੇ ਤੁਸੀਂ ਘਰੋਂ ਵੀ ਤਸੱਲੀ ਕਰਕੇ ਖਰੀਦ ਸਕਦੇ ਅਤੇ ਆ ਜਾਓ ਤੁਹਾਨੂੰ ਆਪਾਂ ਅੱਗੇ ਚੰਗੇ ਪਸ਼ੂ ਹੋਰ ਦਿਖਾਉਂਦੇ ਹਾਂ ਅਤੇ ਬਾਕੀ ਮੰਡੀ ਦਾ ਤੁਸੀਂ ਮਾਹੌਲ ਨਾਲ ਦੀ ਨਾਲ ਦੇਖ ਲਓ ਮੰਡੀ ਦੇ ਪਸ਼ੂ ਬਹੁਤ ਚੰਗੇ ਪਹੁੰਚਦੇ ਆ ਪੂਰੀ ਟੌਪ ਕੁਆਲਿਟੀ ਦੇ ਪਸ਼ੂ ਪਹੁੰਚਦੇ ਆ ਇੱਧਰ ਸੌਦਾ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਮੱਝ ਦਾ ਚੰਗੀਆਂ ਚੰਗੀਆਂ ਮੱਝਾਂ ਪਹੁੰਚਦੀਆਂ ਇਸ ਮੰਡੀ ਦੇ ਉੱਤੇ ਇਸ ਮੱਝ ਦਾ ਸੌਦਾ ਚੱਲੀ ਜਾਂਦਾ ਥੋੜ੍ਹਾ ਜਿਹਾ ਮੀਂਹ ਦੇ ਨਾਲ ਜ਼ਰੂਰ ਕੰਮ ਖਰਾਬ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਸੌਦਾ ਚੱਲੀ ਜਾਂਦਾ ਦੇਖ ਸਕਦੇ ਹੋ ਤੁਸੀਂ ਧੱਕਾ ਮੁੱਕੀ ਬਾਕੀ ਮਾਹੌਲ ਤੁਸੀਂ ਮੰਡੀ ਦਾ ਦੇਖ ਸਕਦੇ ਹੋ ਚਿੱਕੜ ਦਾ ਜ਼ਰੂਰ ਬੁਰਾ ਹਾਲ ਹੋਇਆ ਪਿਆ ਬਹੁਤ ਸੋਹਣੀ ਨੀਲੀ ਰਾਵੀ ਦੀ ਬੂਰੀ ਮੱਝ ਦਿਖਾਉਂਦੇ ਹਾਂ ਪੂਰੀ ਟੌਪ ਕੁਆਲਿਟੀ ਦੀ ਹੈਗੀ ਦੇਖ ਸਕਦੇ ਹੋ ਤੁਸੀਂ ਸਿੰਘਾਂ ਦੀ ਕੁੰਡੀ ਆ ਜਮਾਂ ਅਤੇ ਬਾਡੀ ਬਾਂਤਰ ਬਹੁਤ ਚੰਗੀ ਹੈਗੀ ਅਤੇ ਨਾੜਾਂ ਦੇਖ ਸਕਦੇ ਥਣਾਂ ਦਾ ਸਹਿਜ ਥਣਾਂ 'ਚ ਵਿੱਥੀ ਪੈਠ ਪੁੜਾ ਸਾਰੇ ਪੱਖਾਂ ਤੋਂ ਐਨ ਜਮਾਂ ਸਿਰ ਆ ਗਈ ਬਿਊਟੀ ਵਾਲੀ ਵੀ ਆ ਬਾਡੀ ਬਾਂਤਰ ਵੀ ਚੰਗੀ ਆ ਪੂਰੀ ਤੁਸੀਂ ਦੇਖ ਸਕਦੇ ਹੋ ਅਤੇ ਦੁੱਧਲ ਪੱਖ ਤੋਂ ਵੀ ਪੂਰੀ ਚੰਗੀ ਹੈਗੀ ਬੈਕ ਸਾਈਡ ਤੋਂ ਪਿੱਠ ਪੁੜਾ ਦੁਬਾਰੇ ਦੇਖ ਸਕਦੇ ਹੋ ਬੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਇਹ ਅਤੇ ਆਰਡਰ ਬਹੁਤ ਜ਼ਿਆਦਾ ਸੋਹਣਾ ਹੈਗਾ ਥਣਾਂ 'ਚ ਵਿੱਥੀ ਅਤੇ ਥਣਾਂ ਦਾ ਸਾਈਜ਼ ਬਹੁਤ ਜ਼ਿਆਦਾ ਵਧੀਆ ਹੈਗਾ ਆਪਾਂ ਇੱਧਰਲੀ ਸਾਈਡ ਤੋਂ ਵੀ ਦਿਖਾ ਦਿੰਦੇ ਹਾਂ ਨਾੜਾਂ ਬਹੁਤ ਵਧੀਆ ਹੈਗੀਆਂ ਅਤੇ ਥਣਾਂ ਦਾ ਸਾਈਜ਼ ਉਹ ਵੀ ਬਹੁਤ ਵਧੀਆ ਹੈਗਾ ਅਤੇ ਸਾਂਭੀ ਬਲੀ ਵੀ ਚੰਗੀ ਹੈ ਐਨ ਜਮਾਂ ਪੂਰੀ ਅਤੇ ਆਪਾਂ ਡਿਟੇਲ ਬਾਈ ਤੋਂ ਪੁੱਛ ਲੈਂਦੇ ਹਾਂ ਇਹਦੀ ਕੀ ਡਿਟੇਲ ਹੈ ਇਹਦੀ ਕੀ ਗੱਲਬਾਤ ਹੈਗੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਤੇ ਬਾਈ ਨਾਂ ਆਪਣਾ ਕੀ ਆ ਨਾਮ ਰਣਜੀਤ ਸਿੰਘ ਆ ਜੀ ਪਿੰਡ ਕਿਹੜਾ ਜੀ ਮੋਹਾਲੀ ਕਲਾਂ ਜ਼ਿਲ੍ਹਾ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲਾ ਪੈ ਜਾਂਦਾ ਠੀਕ ਆ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਆਏ ਹਾਂਗੇ ਕਿਹੜੇ ਸੂਏ ਆ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਸੂਈ ਆ ਆਪਣੇ ਘਰ ਦੇ ਕੋਈ ਆ ਘਰ ਦੀ ਆ ਜੀ
ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 17-18 ਦਿਨ ਹੋ ਗਏ। 17-18 ਦਿਨ ਹੋ ਗਏ। ਤੇ ਬੱਚਾ? ਬੱਚਾ ਹੈਗਾ ਜੀ। ਕੱਟਾ ਕੱਟੀ ਆ? ਬੱਚਾ ਕੱਟਾ ਜੀ। ਕੱਟਾ ਹੈਗਾ ਉਹ ਜਿਹੜਾ ਮੂਹਰੇ ਖੜਾ ਕਾਲੇ ਰੰਗ ਦਾ? ਹਾਂ ਜੀ ਹਾਂ ਜੀ, ਕਾਲਾ ਬੱਚਾ। ਠੀਕ ਆ। ਤੇ ਇਹਦਾ ਹੁਣ ਦੁੱਧ ਕਿੰਨਾ ਖਾਊਗਾ ਜੀ? ਹੁਣ 17 ਲੀਟਰ ਆ ਜੀ ਇਸ ਵਕਤ। 17 ਲੀਟਰ ਤਿਆਰ ਆ? ਤਿਆਰ ਆ ਜੀ। ਠੀਕ ਆ। ਕੋਈ ਤੋਲ ਕੇ ਲਿਜਾ ਸਕਦਾ ਤਸੱਲੀ ਕਰਕੇ? ਕੰਡੇ ਦੇ ਧਰ ਕੇ ਲਿਆ। ਠੀਕ ਆ। ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ? 2,10,000। 2,10,000। ਤੇ ਆਪਾਂ ਕਿੰਨੇ ਦੀ ਜਮ੍ਹਾਂ ਹਾਂ ਨਾ ਲਾਹਟ ਛੱਡਣੀ ਆ? 55। 1,55 ਦੀ ਹਾਂ ਨਾ ਗਈ? ਠੀਕ ਹੈ ਵੀ ਇੰਨੇ ਦੀ ਤੁਸੀਂ ਦੇ ਦੋਗੇ ਜਾਣੀ ਕਿ? ਠੀਕ ਹੈ। ਜੇ ਮੰਡੀ 'ਤੇ ਵਿਕਦੀ ਹੈ ਤਾਂ ਠੀਕ ਆ, ਅਤੇ ਨਹੀਂ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਨਾ? ਅਤੇ ਆਪਣਾ ਨੰਬਰ ਦੱਸ ਦਿਓ। ਨੰਬਰ 97-813 ਜੀ। 97-813 ਹਾਂਜੀ। 25-197 25-197 ਠੀਕ ਹੈ ਜੀ। ਧੰਨਵਾਦ। ਉਹ ਵੀ ਦੋਸਤੋ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈਆਂ ਦੇ ਨਾਲ। ਝੋਟੀ ਸੋਹਣੀ ਹੈਗੀ, ਬੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ, ਦੁੱਧ ਦਾ ਰਿਕਾਰਡ ਵੀ ਚੰਗਾ ਅਤੇ ਊਂ ਵੀ ਸੋਹਣੀ ਆ, ਆਰਡਰ ਦੀ ਵੀ ਸਾਫ਼ ਆ, ਪੂਰੀ ਸਾਫ਼ ਸੁਥਰੀ ਹੈਗੀ। ਅਤੇ ਮੰਡੀ 'ਤੇ ਵਿਕਦੀ ਆ ਤਾਂ ਠੀਕ ਆ, ਨਹੀਂ ਤੁਸੀਂ ਬਾਈਆਂ ਨਾਲ ਕੰਟੈਕਟ ਕਰਕੇ ਅਤੇ ਝੋਟੀ ਨੂੰ ਤੁਸੀਂ ਖਰੀਦ ਸਕਦੇ ਹੋ। ਦੋਸਤੋ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਮਾਹੌਲ, ਸਾਰੇ ਪਾਸੇ ਮੰਡੀ ਪੂਰੀ ਫੁੱਲ ਆ, ਇਕੱਠ ਬਹੁਤ ਆ ਅਤੇ ਜਾਨਵਰ ਬਹੁਤ ਪਹੁੰਚੇ ਹੋਏ ਹੈਗੇ। ਇੱਧਰ ਬਾਈ ਬੁੱਲ ਲਈ ਕਰਦੇ ਹੈਗੇ, ਜਿਹਨੇ ਕੋਈ ਕੱਟਾ ਝੋਟਾ ਖਰੀਦਣਾ ਗਾ ਉਹ ਵੀ ਮੰਡੀਆਂ ਦੇ ਉੱਤੇ ਬਹੁਤ ਆਉਂਦੇ, ਇਸ ਮੰਡੀ ਦੇ ਉੱਤੇ ਬਹੁਤ ਆਏ ਹੋਏ ਆ ਗਏ, ਘੱਟੋ ਘੱਟ 6-7 ਤਾਂ ਮੈਂ ਦੇਖ ਹੀ ਲਏ ਆ, ਅਜੇ ਅੱਧੀ ਮੰਡੀ ਵੀ ਨਹੀਂ ਘੁੰਮੀ ਗਈ। ਅਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ, ਘਰ ਵਾਸਤੇ ਲੈਣਾ ਜਾਂ ਵੈਸੇ ਲੈਣਾ, ਕਰੋਸਿੰਗ ਵਾਸਤੇ, ਜਿਸ ਤਰ੍ਹਾਂ ਵੀ ਆ ਲੋੜ ਆ ਤੁਸੀਂ ਖਰੀਦ ਸਕਦੇ ਹੋ। ਬੁੱਲ ਬਹੁਤ ਆ ਨੀਲੀ ਰਾਵੀ ਅਤੇ ਮੋਹਰਾਂ ਦੇ ਵਿੱਚ ਜਾਣੀ ਕਿ ਜ਼ਿਆਦਾ ਆਉਂਦੇ ਆ, ਨੀਲੀ ਰਾਵੀ ਦੇ ਵੀ ਆਉਂਦੇ ਆ। ਮਾਹੌਲ ਦੇਖ ਸਕਦੇ ਹੋ, ਸਾਰੇ ਸ਼ੈੱਡ ਫੁੱਲ ਲੱਗ ਗਏ, ਪਸ਼ੂ ਬਹੁਤ ਪਹੁੰਚਦੇ ਇਸ ਮੰਡੀ ਦੇ ਉੱਤੇ। ਵੈਸੇ ਤਾਂ ਸਾਰੀਆਂ ਮੰਡੀਆਂ 'ਤੇ ਪਹੁੰਚਦੇ ਆ, ਟੋਪ ਦੀਆਂ ਮੰਡੀਆਂ 'ਚ ਆਉਂਦੀ ਹੈ ਇਹ ਵੀ ਮੰਡੀ। ਅਤੇ ਤੁਸੀਂ ਇੱਥੇ ਮੰਡੀ 'ਤੇ ਜ਼ਰੂਰ ਆਓ, ਜੇ ਕਿਸੇ ਨੇ ਪਸ਼ੂ ਖਰੀਦਣਾ ਮੰਡੀ 'ਤੇ ਜ਼ਰੂਰ ਪਹੁੰਚੋ, ਇੱਥੇ ਆ ਕੇ ਪਤਾ ਲੱਗ ਜਾਂਦਾ ਸਾਰਾ ਪਸ਼ੂ ਦਾ।